ਵੱਡੀ ਖਬਰ ਹੈ ਕਿ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਇੱਕ ਵੱਡਾ ਬਿਆਨ ਦਿੱਤਾ। ਹਰਪਾਲ ਚੀਮਾ ਨੇ ਕਾਂਗਰਸੀ ਵਿਧਾਇਕਾਂ ਨੂੰ ਇੱਕ ਵਾਰ ਫਿਰ ਤੋਂ ਸੱਦਾ ਦਿੱਤਾ, ਜੋ ਸੱਦਾ ਸ਼ਨੀਵਾਰ ਨੂੰ ਅਮਨ ਅਰੋੜਾ ਵੱਲੋਂ ਦਿੱਤਾ ਗਿਆ ਸੀ। ਅੱਜ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੀ ਨਾਰਾਜ਼ ਕਾਂਗਰਸੀ ਵਿਧਾਇਕਾਂ ਨੂੰ ਉਹੀ ਸੱਦਾ ਮੁੜ ਤੋਂ ਦਿੰਦੇ ਨਜ਼ਰ ਆਏ। ਸੋ ਅਮਨ ਅਰੋੜਾ ਕਾਂਗਰਸ ਦੇ ਨਾਰਾਜ਼ ਵਿਧਾਇਕਾਂ ਨਾਲ ਗੱਲ ਕਰ ਰਹੇ ਨੇ। ਹਰਪਾਲ ਚੀਮਾ ਨੇ ਇੱਕ ਵੱਡਾ ਬਿਆਨ ਦਿੱਤਾ, ਨਾਰਾਜ਼ ਕਾਂਗਰਸੀ ਵਿਧਾਇਕਾਂ ਦਾ ਆਪ 'ਚ ਸਵਾਗਤ ਕਰਾਂਗੇ। ਸੋ ਹਰਪਾਲ ਚੀਮਾ ਜਿਹੜੇ ਪਟਿਆਲਾ ਪਹੁੰਚੇ ਸੀ, ਉੱਥੇ ਇੱਕ ਵੱਡਾ ਬਿਆਨ ਉਹਨਾਂ ਵੱਲੋਂ ਦਿੱਤਾ ਗਿਆ। ਹਰਪਾਲ ਚੀਮਾ ਦਾ ਕਹਿਣਾ ਹੈ ਕਿ ਜੋ ਨਾਰਾਜ਼ ਕਾਂਗਰਸੀ ਵਿਧਾਇਕ ਨੇ, ਜੇ ਉਹ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਸਰਕਾਰ ਬਣਾਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਜੀ ਆਇਆ, ਅਤੇ ਇਸ ਦੇ ਲਈ ਅਮਨ ਅਰੋੜਾ ਜਿਹੜੇ ਕਿ ਪਾਰਟੀ ਦੇ ਮੀਤ ਪ੍ਰਧਾਨ ਵੀ ਨੇ, ਪਾਰਟੀ ਦੇ ਸੀਨੀਅਰ ਆਗੂ ਨੇ, ਉਹ ਗੱਲਬਾਤ ਇਹਨਾਂ ਨਾਰਾਜ਼ ਕਾਂਗਰਸੀ ਵਿਧਾਇਕਾਂ ਨਾਲ ਕਰ ਰਹੇ ਨੇ। ਸਿੱਧੂ ਨਾਲ ਕੋਈ ਸੰਪਰਕ ਨਹੀਂ ਹੋਇਆ। ਅਮਨ ਅਰੋੜਾ ਜੀ ਸਾਡੇ ਬੜੇ ਸੀਨੀਅਰ ਵਿਧਾਇਕ ਨੇਗੇ, ਉਹ ਲੱਗੇ ਹੋਏ ਨੇਗੇ ਅਤੇ ਦੇਖ ਰਹੇ ਨੇਗੇ ਵੀ ਕਿੰਨੇ ਜਿਹੜੇ ਹੈਗੇ ਨੇ ਕਿ ਪਾਰਟੀ ਕਾਂਗਰਸ ਪਾਰਟੀ 'ਚ ਬਹੁਤ ਵੱਡੀ ਪੱਧਰ ਡਿਫੈਕਸ਼ਨ ਫੈਲੀ ਹੋਈ ਹੈ, ਕਾਂਗਰਸ ਪਾਰਟੀ 'ਚ ਬਹੁਤ ਵੱਡੀ ਪੱਧਰ 'ਤੇ ਨਿਰਾਸ਼ਤਾ ਫੈਲੀ ਹੋਈ ਹੈ ਔਰ ਬਹੁਤ ਸਾਰੇ ਵਿਧਾਇਕ ਜਿਹੜੇ ਹੈਗੇ ਨੇਗੇ ਉਹ ਪਾਰਟੀ ਛੱਡਣ ਨੂੰ ਤਿਆਰ ਨੇ। ਜਿਹੜੇ ਵੀ ਪਾਰਟੀ ਛੱਡ ਕੇ ਆਪਦਾ ਗਰੁੱਪ ਬਣਾਉਣਗੇ, ਉਸ ਤੋਂ ਬਾਅਦ ਅਸੀਂ ਸੋਚਾਂਗੇ ਕਿ ਉਹਨਾਂ ਨਾਲ ਸਰਕਾਰ ਬਣਾਉਣਗੇ। ਸਾਨੂੰ ਪੂਰਨ ਆਸ ਆ ਕਿ ਪੰਜਾਬ ਨੂੰ ਬਚਾਉਣ ਵਾਲੇ, ਇਸ ਟਾਈਮ ਪੰਜਾਬ ਦਾ ਖਜ਼ਾਨਾ ਖਾਲੀ ਆ, ਪੰਜਾਬ ਦੇ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਪੰਜਾਬ ਸਰਕਾਰ ਜਿੰਨੇ ਜਿਹੜੇ ਅੱਛੇ ਵਿਧਾਇਕ ਨੇ ਜਿਹੜੇ ਪੰਜਾਬ ਨੂੰ ਬਚਾਉਣ ਲਈ ਸੋਚ ਰਹੇ, ਜਿਹੜੇ ਇਮਾਨਦਾਰ ਨੇਗੇ, ਮੈਂ ਸਮਝਦਾ ਬੜੇ ਹੀ ਉੱਥੇ ਦੁਖੀ ਨੇ ਕਾਂਗਰਸ ਪਾਰਟੀ, ਜੋ ਕਿਸੇ ਸਮੇਂ ਵੀ ਕਾਂਗਰਸ ਪਾਰਟੀ ਛੱਡ ਸਕਦੇ। ਸਿੱਧੂ ਸਾਹਿਬ ਦੱਸ ਸਕਦੇ ਨੇ ਕਿ ਸਾਇਲੈਂਟ ਕਿਉਂ ਹੋਣਗੇ, ਕਿਉਂ ਚੁੱਪ ਨੇਗੇ, ਤਾਂ ਉਹੀ ਦੱਸ ਸਕਦੇ ਨੇਗੇ। ਸੋ ਮੇਰਾ ਸੋ ਨਾਰਾਜ਼ ਕਾਂਗਰਸੀ ਵਿਧਾਇਕਾਂ ਦਾ ਆਪ 'ਚ ਸਵਾਗਤ ਕਰਾਂਗੇ ਜੇ ਉਹ ਆਉਣਾ ਚਾਹੁੰਦੇ ਨੇ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਕਹਿ ਰਹੇ ਨੇ ਕਿ ਸਾਡੇ ਸੀਨੀਅਰ ਆਗੂ ਅਮਨ ਅਰੋੜਾ ਇਸ ਦੇ ਵਿੱਚ ਲੱਗੇ ਹੋਏ ਨੇ, ਉਹ ਨਾਰਾਜ਼ ਕਾਂਗਰਸੀ ਵਿਧਾਇਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ ਜੇ ਇਮਾਨਦਾਰੀ ਨਾਲ ਸਰਕਾਰ ਚੱਲਦੀ ਹੈ, ਜੇ ਪੰਜਾਬ ਦੀ ਵਿੱਤੀ ਹਾਲਤ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਨਾਰਾਜ਼ ਵਿਧਾਇਕ ਆਮ ਆਦਮੀ ਪਾਰਟੀ ਦੇ ਨਾਲ ਆ ਕੇ ਕੁਛ ਉਲਟਫੇਰ ਕਰਨ ਦੇ ਮੂਡ 'ਚ ਹੈਗੇ, ਤਾਂ ਤਿਆਰ ਹਾਂ ਅਸੀਂ, ਕਿਉਂਕਿ ਲਗਾਤਾਰ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਸ਼ਾਇਦ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ। ਸੋ 19 MLA ਨੇ ਆਮ ਆਦਮੀ ਪਾਰਟੀ ਦੇ, ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਉਹਨਾਂ ਨੇ ਵੱਡੀ ਗੱਲ ਕਹੀ ਕਿ ਕਿਉਂ ਸਾਇਲੈਂਟ ਨੇ ਪਤਾ ਨਹੀਂ, ਪਰ ਜੇ ਉਹ ਵੀ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਵੀ ਜੀ ਆਇਆ। ਸੋ ਨਾਰਾਜ਼ ਕਾਂਗਰਸੀ ਵਿਧਾਇਕਾਂ ਦਾ ਆਪ ਦੇ ਵਿੱਚ ਸਵਾਗਤ ਕਰਾਂਗੇ। ਮੁੜ ਤੋਂ ਸੱਦਾ ਦਿੱਤਾ ਹੈ, ਜੋ ਸੱਦਾ ਸ਼ਨੀਵਾਰ ਨੂੰ ਅਮਨ ਅਰੋੜਾ ਵੱਲੋਂ ਦਿੱਤਾ ਗਿਆ ਸੀ। ਅਮਨ ਅਰੋੜਾ ਕਾਂਗਰਸ ਦੇ ਨਾਰਾਜ਼ ਵਿਧਾਇਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ, ਇਹ ਕਹਿਣਾ ਹਰਪਾਲ ਚੀਮਾ ਦਾ, ਨਾਰਾਜ਼ ਕਾਂਗਰਸੀ ਵਿਧਾਇਕਾਂ ਦਾ ਆਪ 'ਚ ਸਵਾਗਤ ਕਰਾਂਗੇ, ਜੇ ਉਹ ਆ ਕੇ ਸਰਕਾਰ ਨਾਲ ਬਣਾਉਣਾ ਚਾਹੁੰਦੇ ਨੇ ਤਾਂ ਬਿਲਕੁਲ ਜੀ ਆਇਆ। ਨਾਲੇ ਉਹ ਇਹ ਵੀ ਕਹਿ ਰਹੇ ਨੇ ਕਿ ਅਮਨ ਅਰੋੜਾ ਇਸ ਨੂੰ ਲੈ ਕੇ ਲਗਾਤਾਰ ਗੱਲਬਾਤ ਕਰ ਰਹੇ ਨੇ ਨਾਰਾਜ਼ ਕਾਂਗਰਸੀ ਵਿਧਾਇਕਾਂ ਤੋਂ। ਸੋ ਵਿਰੋਧੀ ਧਿਰ ਦੇ ਆਗੂ ਨੇ ਇੱਕ ਵੱਡਾ ਬਿਆਨ ਦਿੱਤਾ ਹੈ, ਜੋ ਗੱਲ ਸ਼ਨੀਵਾਰ ਨੂੰ ਅਮਨ ਅਰੋੜਾ ਵੱਲੋਂ ਕਹੀ ਗਈ ਸੀ। ਹਰਪਾਲ ਚੀਮਾ ਨੇ ਕਾਂਗਰਸੀ ਵਿਧਾਇਕਾਂ ਨੂੰ ਇੱਕ ਵਾਰ ਮੁੜ ਤੋਂ ਸੱਦਾ ਦਿੱਤਾ ਹੈ। ਅਮਨ ਅਰੋੜਾ ਕਾਂਗਰਸ ਦੇ ਨਾਰਾਜ਼ ਵਿਧਾਇਕਾਂ ਨਾਲ ਗੱਲਬਾਤ ਕਰ ਰਹੇ ਨੇ, ਕਹਿਣਾ ਹੈਗਾ ਹਰਪਾਲ ਸਿੰਘ ਚੀਮਾ ਦਾ। ਸੋ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਇੱਕ ਵੱਡਾ ਬਿਆਨ ਦਿੱਤਾ, ਇੱਕ ਵਾਰ ਫਿਰ ਤੋਂ ਬਿਆਨ ਸੁਣਵਾਉਂਦੇ ਹਾਂ। ਮੇਰਾ ਨਵਜੋਤ ਸਿੰਘ ਸਿੱਧੂ ਨਾਲ ਕੋਈ ਸੰਪਰਕ ਨਹੀਂ ਹੋਇਆ। ਅਮਨ ਅਰੋੜਾ ਜੀ ਸਾਡੇ ਬੜੇ ਸੀਨੀਅਰ ਵਿਧਾਇਕ ਨੇਗੇ, ਉਹ ਲੱਗੇ ਹੋਏ ਨੇਗੇ ਅਤੇ ਦੇਖ ਰਹੇ ਨੇਗੇ ਵੀ ਕਿੰਨੇ ਜਿਹੜੇ ਹੈਗੇ ਨੇ ਕਿ ਪਾਰਟੀ ਕਾਂਗਰਸ ਪਾਰਟੀ 'ਚ ਬਹੁਤ ਵੱਡੀ ਪੱਧਰ ਡਿਫੈਕਸ਼ਨ ਫੈਲੀ ਹੋਈ ਹੈ, ਕਾਂਗਰਸ ਪਾਰਟੀ 'ਚ ਬਹੁਤ ਵੱਡੀ ਪੱਧਰ 'ਤੇ ਨਿਰਾਸ਼ਤਾ ਫੈਲੀ ਹੋਈ ਹੈ ਔਰ ਬਹੁਤ ਸਾਰੇ ਵਿਧਾਇਕ ਜਿਹੜੇ ਹੈਗੇ ਨੇਗੇ ਉਹ ਪਾਰਟੀ ਛੱਡਣ ਨੂੰ ਤਿਆਰ ਨੇ। ਜਿਹੜੇ ਵੀ ਪਾਰਟੀ ਛੱਡ ਕੇ ਆਪਦਾ ਗਰੁੱਪ ਬਣਾਉਣਗੇ, ਉਸ ਤੋਂ ਬਾਅਦ ਅਸੀਂ ਸੋਚਾਂਗੇ ਕਿ ਉਹਨਾਂ ਨਾਲ ਸਰਕਾਰ ਬਣਾਉਣਗੇ। ਸਾਨੂੰ ਪੂਰਨ ਆਸ ਆ ਕਿ ਪੰਜਾਬ ਨੂੰ ਬਚਾਉਣ ਵਾਲੇ, ਇਸ ਟਾਈਮ ਪੰਜਾਬ ਦਾ ਖਜ਼ਾਨਾ ਖਾਲੀ ਆ, ਪੰਜਾਬ ਦੇ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਪੰਜਾਬ ਸਰਕਾਰ ਜਿੰਨੇ ਜਿਹੜੇ ਅੱਛੇ ਵਿਧਾਇਕ ਨੇ ਜਿਹੜੇ ਪੰਜਾਬ ਨੂੰ ਬਚਾਉਣ ਲਈ ਸੋਚ ਰਹੇ, ਜਿਹੜੇ ਇਮਾਨਦਾਰ ਨੇਗੇ, ਮੈਂ ਸਮਝਦਾ ਬੜੇ ਹੀ ਉੱਥੇ ਦੁਖੀ ਨੇ ਕਾਂਗਰਸ ਪਾਰਟੀ, ਜੋ ਕਿਸੇ ਸਮੇਂ ਵੀ ਕਾਂਗਰਸ ਪਾਰਟੀ ਛੱਡ ਸਕਦੇ। ਸਿੱਧੂ ਸਾਹਿਬ ਵੀ ਚਰਚਾ ਜਿਹੜੀ ਉਹ ਛਿੜ ਚੁੱਕੀ ਹੈ, ਕਿਉਂਕਿ ਵਾਕਈ ਜਿਹੜੇ ਕਾਂਗਰਸ ਦੇ ਨਾਰਾਜ਼ ਵਿਧਾਇਕ ਨੇ, ਜੋ ਲਗਾਤਾਰ ਇਹ ਕਹਿ ਰਹੇ ਨੇ ਕਿ ਅਫਸਰਸ਼ਾਹੀ ਹਾਵੀ ਹੈ, ਜੋ ਲਗਾਤਾਰ ਇਹ ਕਹਿ ਰਹੇ ਨੇ ਕਿ ਸਰਕਾਰ ਦੇ ਵਿੱਚ ਸਾਡੀ ਸੁਣੀ ਨਹੀਂ ਜਾ ਰਹੀ, ਕੀ ਉਹ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਸਰਕਾਰ ਬਣਾਉਣਗੇ, ਜੋ ਸੱਦਾ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਦਿੱਤਾ ਜਾ ਰਿਹਾ। ਅਮਨ ਅਰੋੜਾ ਵੱਲੋਂ ਸ਼ਨੀਵਾਰ ਨੂੰ ਇਹ ਗੱਲ ਕਹੀ ਗਈ ਸੀ, ਜਿਸ ਨੂੰ ਅੱਜ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੀ ਕਹਿ ਰਹੇ ਨੇ ਕਿ ਬਿਲਕੁਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਅਮਨ ਅਰੋੜਾ ਪਾਰਟੀ ਦੇ ਮੀਤ ਪ੍ਰਧਾਨ ਨੇ ਅਤੇ ਸੀਨੀਅਰ ਆਗੂ ਜਿਹੜੇ ਆਮ ਆਦਮੀ ਪਾਰਟੀ ਤੋਂ ਇਸ ਵੇਲੇ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਜੀ। ਮੈਂ ਅਰੋੜਾ ਸਾਹਿਬ ਬਹੁਤ ਬਹੁਤ ਜੀ ਆਇਆ ਤੁਹਾਡਾ ਲਿਵਿੰਗ ਇੰਡੀਆ ਨਿਊਜ਼ ਦੇ ਵਿੱਚ।
तो मैं एक चीज़ समझ नहीं चाह रहा किड़े फॉर्मूले की गल हो रही है। एक फॉर्मूला असी भी अपनी स्क्रीन पर विखा रहे हैं, 19 MLA थोड़े 40 नाराज कांग्रेस विधायक, तो कहा जा रहा कि सर सिद्धू साहब नाली जी गलबात हो रही है कि यह जो 60 का बहुमत है वह पूरा करने की कोशिश है। और चीमा साहब भी कह रहे हैं कि गलबात जी थोड़ी वो चल रही है, किस लिहाज न या कही कि किस पद्धर से यह गलबात चल रही है? देखो नवनीत जी, इस तरह के पहले तो क्लीयर कर दो, मैं पार्टी का मीत प्रधान नहीं हाँ, मैं पार्टी का एक छोटा जहा वर्कर हाँ। जितों तक रही इस फॉर्मूले की गल बड़ी स्पष्ट है, बड़ी क्लीयर है कि पटियाला जिहड़े चार कांग्रेसी सीनियर विधायक ने कैप्टन अमरिंदर सिंह की मुछ दे बाल जिन्होंने आप कह सकते हैं, उन्होंने कहा कि उन्हों की सुनवाई नहीं हो रही हैगी। माफिया तो करप्शन का राज है जिहड़ा वो चल रहा है पूरे जोरों शोरों के उपर, तो 40 कांग्रेस के विधायकों ने उन्होंने इस गल का समर्थन किया कि जो तुम कह रहे हो सही कह रहे हो। सो फिर असी उन्होंने एक ओपन असी इनविटेशन दिता है कि जे सही मायने दे विच तुसीं करप्शन माफिया का राज खत्म करना चाहते हो पंजाब दे विचों, ते आओ साडे नाल हाथ मिलाओ। 19 असी हाँ, नवजोत सिंह सिद्धू जी ने भी कांग्रेस ने कैप्टन अमरिंदर सिंह ने इसी गल करके इन्हां इशूज़ करके ही साइडलाइन किया, तो आओ हाथ मिलाइए तो पंजाब नूं माफिया तो करप्शन तो ड्रग्स तो आप मुक्ति दवाईए। ये मैं समझदा कि बड़ा एक सिंपल लॉजिक सिर्फ और सिर्फ पंजाब नूं बचाउण दा यही सद्दा सी उन्होंने दिता। सो किहड़े पार्टीज़ दे कांग्रेस पार्टी के किहड़े MLAs दे नाल, क्योंकि अज्ज थोड़ी गल नूं लैके ना अरोड़ा साहब जिहड़े पिंकी जी ने वो कह रहे हैं कि या तो अरोड़ा साहब नाम जनतक कर देण कि किहड़े MLAs नाल गलबात हो रही है, या फिर एवें हवा च गल्लां ना करन कि जी असीं नवीं तरीके नाल सरकार बना सकते हैं। मतलब मैं भी यह समझना चाह रहा कि आखिरकार वो कौन MLA ने जिन्हां दे नाल गलबात करन की कोशिश हो सकती है या हो रही है? देखो इस तरह कि मेरी जिन्हां नाल भी गल हो रही है उन्हां दी पहली कंडीशन यही सी कि यह गल करन दा फायदा तां है तुसीं साडा किसी नूं भी नाम डिस्कलोज नहीं करना है नंबर एक। सो मैं उन्हां नालों वादा खिलाफी नहीं करूँगा नंबर वन। और नंबर टू गल यह है कि जे मैं अज तुहाडे जां पिंकी जी दे कहे ते उन्हां दा अज ही नाम दा खुलासा कर दिता ते बनना पंजाब दा कुछ है नहीं, इस गल यह गल सिरे लगनी नहीं, तो उन्हां वो बेचारे रोल के उन्होंने कांग्रेस पार्टी पहली रख दूगी। सो इस करके प्री मैच्योरली मैं ना कदे कोई गल की है तो ना कदे करनी है। चलो ठीक है, ना ना दसो पर है तो दसो कि फिर पैरामीटर्स की सैट होंगे। देखो जो कोई सियासी तौर पर गलबात होंगी है ना मन जी, तो कई होर चीज़ों पर भी गलबात होंगी है, वो किड़िया चीज़ा ने जिन्हें गलबात हो रही है? सिर्फ और सिर्फ साढ़े वालों एक ही गलबात है, एक ही चीज़ है जिहड़ी साड़ी प्री कंडीशन ये है कि साढ़े नाल वो बंदा गल करे, वो बंदा हाथ मिलावे जिहड़ा कि आपके निजी हितों नूं छड्ड के पंजाब दे हितां दी गल करूगा, करप्शन नूं माफिया नूं खत्म करन दी गल करूगा, जवानी नूं किसानी नूं इंडस्ट्री नूं सांभण दी गल करूगा, माफियाज़ नूं जड़ों पट्टण दी गल करूगा। सिर्फ और सिर्फ साडी इक्को कंडीशन है, होर साडी किसे तरह दी कोई कंडीशन नहीं। अमन जी वजह की मानदे हो इह जिहड़ी नाराजगी वध रही है कांग्रेस पार्टी दे विच? सिद्धू साहब पहलां ही अड हो चुके ने, ना वो सैशन दे विच पहुंचदे ने ते ना लगातार उन्हां दी एक्टिविटीज़ नज़र आ रही है। मैं सिर्फ इह समझना चाह रहा कि जे अज इह गल तुरी है कि नाराज़ विधायकां नूं इकट्ठा कीता जाए, नाल लैके चलिया जाए, या एक नवे विकल्प के तौर पर वेख्या जाए कि किवें पंजाब नूं वापस लीहां ते लिया जा सकता है, सो वजह की मानते हो तुसीं कि नाराजगी लगातार वध क्यों रही है, और ये कांग्रेस पार्टी दे विच कि इहनूं आपसी फुट मन्निया जाए या यह मन्निया जाए कि 22 तो पहला पूरा किला जिहड़ा उह ध्वस्त हुंदा नज़र आएगा? देखो इस तरह है कि उहदा रीज़न सिर्फ और सिर्फ इक्को ही है, कैप्टन अमरिंदर सिंह नूं पंजाब दे लोकां ने बड़ा वड्डा फतवा दे के 80 MLA दे के उन्हां नूं पंजाब दे विच जिहड़ा माफिया ते करप्शन दा राज चल रहा सीगा उन्हूं खत्म करन दी दा फतवा दित्ता सीगा। पर अनफॉर्चुनेटली पिछले 3 सालों तों कैप्टन अमरिंदर सिंह ने उन्हां चीज़ां नूं खत्म तां की करना सीगा, उन्हां नूं खत्म करन दा एक जिहड़ी विल पावर हुंदी है, इच्छा शक्ति हुंदी है, जिहड़ा ब्लू प्रिंट हुंदा कैप्टन अमरिंदर सिंह जी वह भी नहीं दे सके हैगे। हुण जिवें जिवें इलैक्शनां नज़दीक आ रहियां ने उवें उवें इन्हां MLA दे कैप्टन अमरिंदर सिंह जी तां वो तो कह चुके कि मेरी आखिरी पारी है, पर जिहड़े बाकी 79 ने उन्हां दी तां आखिरी पारी नहीं ना है, उन्होंने तो पोलीटिकली सर्वाइव करना है, तो पोलीटिकली सर्वाइव तो ही करे जे लोगों के काम होणगे, जे डिवेलपमेंट होएगी, जे करप्शन खत्म होएगी, तो जे माफियाज खत्म होणगे। सो इस करके उन्होंने आपदे सर्वाइवल की चिंता जिहड़ी वो सता रही है, और यही गल नवजोत सिंह सिद्धू ने कही सी कि जिन्हां नूं अज साइडलाइन करके बिठा दिता। अमन जी यही गल कांग्रेस दे MLA भी कह रहे ने, हालांकि तुसीं कह रहे हो कि ठीक है नाम जनतक नहीं करांगे, पिंकी जी सवाल पूछ रहे ने अज, पर पिंकी जी यह कह रहे हैं कि आम आदमी पार्टी के MLA नूं भी जिहड़ा है अपनी होंद नूं लैके एक वड्डा सवाल खड़ा हो रहा है, जिस करके सारियां गल्लां निकल के सामने आ रही ने।
ਚਲੋ ਇਸ ਤਰ੍ਹਾਂ ਕਿ ਸਾਡੀ ਹੋਣ ਦੀ ਫਿਕਰ ਨਾ ਉਹ ਕਰਨ, ਅਸੀਂ ਤਾਂ ਜੇ ਕੁਛ ਕਰਾਂਗੇ ਪੰਜਾਬ ਦੇ ਲਈ ਚੰਗਾ ਕਰਾਂਗੇ ਤਾਂ ਲੋਕ ਸਾਨੂੰ ਦੁਬਾਰਾ ਫਤਵਾ ਦੇ ਦੇਣਗੇ, ਜੇ ਨਹੀਂ ਕਰਾਂਗੇ ਤਾਂ ਸ਼ਾਇਦ ਅਸੀਂ ਓਪੋਜੀਸ਼ਨ ਦੇ ਵਿੱਚੋਂ ਵੀ ਸਾਨੂੰ ਖਤਮ ਕਰ ਦੇਣ। ਸਾਡਾ ਸਵਾਲ ਸਾਡੀ ਹੋਂਦ ਦਾ, ਸਾਡੀ ਐਗਜ਼ਿਸਟੈਂਸ ਦਾ ਨਹੀਂ ਹੈਗਾ, ਸਵਾਲ ਹੈ ਪੰਜਾਬ ਦੀ ਹੋਂਦ ਦਾ, ਪੰਜਾਬ ਦੀ ਐਗਜ਼ਿਸਟੈਂਸ ਦਾ, ਪੰਜਾਬ ਦੀ ਜਵਾਨੀ ਕਿਸਾਨੀ ਦੀ ਇੰਡਸਟਰੀ ਦੀ ਹੋਂਦ ਦਾ। ਜਿਹੜਾ ਜ਼ਿੰਮੇਵਾਰੀ ਪਿੰਕੀ ਜੀ ਨੂੰ ਔਰ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਸੰਭਾਈ ਹੈ ਉਹਦੇ ਵਾਸਤੇ ਚਿੰਤਾ ਕਰਨ। ਜੇ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਉਹਦੇ ਬਾਰੇ ਚਿੰਤਿਤ ਹੋ ਜਾਣ ਅਤੇ ਕੰਮ ਕਰਨ ਲੱਗ ਜਾਣ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਹੀ ਨਾ ਹੋਣ। ਕਦੇ ਕੁਲਵੀਰ ਜ਼ੀਰਾ ਜੀ ਸਰਕਾਰ ਦੇ ਵਿਰੋਧ 'ਚ ਬੋਲਦੇ ਨੇ, ਕਦੇ ਸੁਰਜੀਤ ਧੀਮਾਨ ਜੀ ਬੋਲਦੇ ਨੇ, ਕਦੇ ਕਾਂਗਰਸ ਦੇ ਚਾਰ ਪਟਿਆਲੇ ਜ਼ਿਲ੍ਹੇ ਦੇ MLA ਬੋਲਦੇ ਨੇ। ਇਹ ਸਿਚੁਏਸ਼ਨਸ ਪੈਦਾ ਹੀ ਨਾ ਹੋਣ ਜੇ ਸਰਕਾਰ ਕੁਛ ਕਰਦੀ ਹੋਵੇ, ਜੋ ਸਰਕਾਰ ਨਹੀਂ ਕਰਦੀ ਹੈਗੀ, ਇਹ ਹਾਲਾਤ ਤਾਂ ਹੀ ਪੈਦਾ ਹੁੰਦੇ ਨੇ। ਚਲੋ ਇੱਕ ਅਖੀਰਲਾ ਸਵਾਲ, ਆਉਣ ਵਾਲੇ ਦਿਨਾਂ 'ਚ ਹੁਣ ਕਿਹੜੀ ਸਥਿਤੀ ਇਸ ਫਾਰਮੂਲੇ ਨੂੰ ਲੈ ਕੇ ਜਾਂ ਕਿੰਨਾ ਕੁ ਅੱਗੇ ਵੱਧਦੇ ਨਜ਼ਰ ਆਓਗੇ ਅਗਲੇ ਕੁਛ ਦਿਨਾਂ ਦੇ ਵਿੱਚ? ਦੇਖੋ ਅਸੀਂ ਤਾਂ ਕਾਫੀ ਇਸ ਇਸ਼ੂ ਦੇ ਉੱਪਰ ਕੰਮ ਕਰ ਰਹੇ ਹਾਂ ਅਤੇ ਬੜੇ ਪੋਜ਼ਿਟਿਵ ਰਿਸਪੋਂਸ ਨੇ ਜਿਹੜੇ ਉਹ ਵੀ ਆ ਰਹੇ ਨੇ। ਜੇ ਤੁਸੀਂ ਸਹੀ ਮਾਇਨੇ ਦੇ ਵਿੱਚ ਤੁਸੀਂ ਆਪਦੀ ਤਸੱਲੀ ਕਰਨਾ ਚਾਹੁੰਦੇ ਹੋ ਕਿ ਜੋ ਮੈਂ ਕਹਿ ਰਿਹਾ ਉਸ ਕਾਂਗਰਸ ਦੇ ਸਾਰੇ 79 ਸਣੇ ਮਿਨਿਸਟਰ 79 MLAs ਕੋਲ ਚਲੇ ਜਾਏ ਬਿਨਾਂ ਮਾਈਕ ਲਏ, ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿ ਕਿੰਨੇ ਕੁ ਮੇਰੀ ਗੱਲ ਦੇ ਵਿੱਚ ਕਿੰਨਾ ਕੁ ਵਜ਼ਨ ਹੈ। ਤੇ ਉਹ ਤੇ ਇਹ ਵੀ ਕਹਿੰਦੇ ਕਿ ਆਪ ਦੇ MLA ਤੇ ਆਪ ਕਾਂਗਰਸ ਨੂੰ ਆਏ ਸੀਗੇ, ਉਹ ਵੀ ਹੁਣ ਵਾਪਸ ਜਾ ਰਹੇ ਨੇ, ਤੇ ਆਮ ਆਦਮੀ ਪਾਰਟੀ ਦੀਆਂ ਇਹਨਾਂ ਗੱਲਾਂ ਤੇ ਕਿੰਨਾ ਕੁ ਐਤਵਾਰ ਕੀਤਾ ਜਾਏ? ਮੈਂ ਉਹੀ ਤਾਂ ਗੱਲ ਮੈਂ ਕਹਿ ਰਿਹਾ ਨਾ ਜੀ ਕਿ ਸਾਡੇ ਵਾਲਿਆਂ ਨੂੰ ਉਹ ਲੋਕ ਸਭਾ ਚੋਣਾਂ ਦੇ ਵਿੱਚ ਪੱਟ ਕੇ ਤਾਂ ਲੈ ਗਏ, ਇਹ ਖੁਆਬ ਦਿਖਾ ਕੇ ਪੱਟ ਕੇ ਲੈ ਗਏ ਅਮਰਜੀਤ ਸੰਦੋਆ ਹੋਣਾ ਨੂੰ ਕਿ ਤੇਰੇ ਡਿਵੈਲਪਮੈਂਟ ਕਰਾਵਾਂਗੇ, ਹਲਕੇ ਦੇ ਕੰਮ ਕਰਾਵਾਂਗੇ, ਯੇ ਕਰਾਂਗੇ, ਵੋ ਕਰਾਂਗੇ, ਅਤੇ 6 ਮਹੀਨੇ 'ਚ ਨਾ ਉਹਨੂੰ ਉਹਦੀ ਬਾਤ ਪੁੱਛੀ, ਨਾ ਉਹਦੇ ਹਲਕੇ ਦੇ ਵਿੱਚ ਕੋਈ ਇੱਟ ਲੱਗੀ। ਜੋ ਸਾਡੇ ਪੱਟ ਕੇ ਲੈ ਕੇ ਗਏ ਹੋਏ MLA ਨੂੰ 6 ਮਹੀਨੇ ਸਾਂਭ ਨਹੀਂ ਸਕੇ ਹੈਗੇ, ਅਤੇ ਆਪਦੇ ਵਾਲਿਆਂ ਨੂੰ ਕਿੱਥੋਂ ਸਾਂਭ ਸਕਦੇ ਨੇ ਉਹ? ਸੋ ਇਸ ਕਰਕੇ ਸਾਡੀ ਫਿਕਰ ਨਾ ਕਰਨ, ਉਹ ਆਪਦੇ ਵਾਲਿਆਂ ਦੀ ਫਿਕਰ ਕਰਨ। ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ ਅਮਨ ਅਰੋੜਾ ਜੀ ਸਾਡੇ ਨਾਲ ਜੁੜਨ ਦੇ ਲਈ। ਸੋ ਆਮ ਆਦਮੀ ਪਾਰਟੀ ਦੇ MLA ਅਮਨ ਅਰੋੜਾ ਜੋ ਕਿ ਕਹਿ ਰਹੇ ਨੇ ਕਿ ਬਿਲਕੁਲ ਗੱਲਬਾਤ ਚੱਲ ਰਹੀ ਔਰ ਆਉਣ ਵਾਲੇ ਦਿਨਾਂ 'ਚ ਇਹ ਗੱਲਬਾਤ ਹੋਰ ਅੱਗੇ ਤੁਰਦੀ ਨਜ਼ਰ ਆਏਗੀ, ਪਰ ਨਾਮ ਜਨਤਕ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਗੱਲ ਜਿਹੜੀ ਹੈ ਜਦ ਚੱਲੀ ਹੈ ਤਾਂ ਦੂਰ ਤੱਕ ਤਾਂ ਜਾਏਗੀ। ਇਸੇ ਦੇ ਨਾਲ ਬੁਲੇਟਿਨ ਦੇ ਵਿੱਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ, ਸਤਿ ਸ਼੍ਰੀ ਅਕਾਲ।